ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਸਰਕਾਰੀ ਨੌਕਰੀ ਤੇ ਦੋਸਤੋ ਮੈਂ ਤੁਹਾਡੇ ਲਈ ਵਧੀਆ ਖਬਰ ਲੈ ਕੇ ਆਇਆ ਪੰਜਾਬ ਪੁਲਿਸ 2021 ਦੀ ਰਿਕਰੂਟਮੈਂਟ ਦਾ ਅਫੀਸ਼ੀਅਲ ਅਪਡੇਟ ਆ ਚੁੱਕਿਆ ਹੈ ਡਿਟੇਲਸ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਵੀ ਪੂਰਾ ਜ਼ਰੂਰ ਦੇਖਿਓ ਤਾਂ ਜਿਹੜੇ ਵੀ ਕੈਂਡੀਡੇਟਸ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਏਜ ਲਿਮਿਟ ਦੀ ਕੈਂਡੀਡੇਟਸ ਦੀ ਜਿਹੜੀ ਮਿਨੀਮਮ ਏਜ ਲਿਮਿਟ ਹੈ ਉਹ 18 ਇਅਰਸ ਹੋਣੀ ਚਾਹੀਦੀ ਹੈ ਤੇ ਮੈਕਸਿਮਮ ਏਜ ਲਿਮਿਟ 25 ਇਅਰਸ 25 ਸਾਲ ਹੋਣੀ ਚਾਹੀਦੀ ਹੈ ਨਾਲੇ ਕੈਟਾਗਰੀ ਵਾਈਜ਼ ਦੋਸਤੋ ਏਜ ਲਿਮਿਟ ਵਿੱਚ ਰਿਲਾਕਸੇਸ਼ਨ ਦਿੱਤਾ ਜਾਏਗਾ 5 ਤੋਂ 7 ਸਾਲ ਦਾ ਅਲੱਗ-ਅਲੱਗ ਕੈਟਾਗਰੀ ਵਾਈਜ਼ ਤੁਹਾਨੂੰ ਏਜ ਵਿੱਚ ਰਿਲਾਕਸੇਸ਼ਨ ਦਿੱਤਾ ਜਾਊਗਾ ਦੋਸਤੋ ਹਾਈਟ ਦੀ ਗੱਲ ਕਰੀਏ ਤਾਂ ਮੇਲ ਕੈਂਡੀਡੇਟਸ ਦੀ ਜਿਹੜੀ ਹਾਈਟ ਹੋਣੀ ਚਾਹੀਦੀ ਹੈ ਉਹ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਤੇ ਫੀਮੇਲ ਕੈਂਡੀਡੇਟਸ ਦੀ ਜਿਹੜੀ ਹਾਈਟ ਹੋਣੀ ਚਾਹੀਦੀ ਹੈ 5 ਫੁੱਟ 3 ਇੰਚ ਹੋਣੀ ਚਾਹੀਦੀ ਹੈ ਨਾਲੇ ਫੀਮੇਲ ਕੈਂਡੀਡੇਟਸ ਦੀ 800 ਮੀਟਰ ਦੀ ਰੇਸ ਹੋਏਗੀ ਓਨਲੀ 1 ਚਾਂਸ ਦਿੱਤਾ ਜਾਊਗਾ 4 ਮਿੰਟ ਦਾ ਟਾਈਮ ਦਿੱਤਾ ਜਾਊਗਾ ਇਸ ਤੋਂ ਇਲਾਵਾ ਹਾਈ ਜੰਪ ਹੋਏਗੀ 0 ਤਿੰਨ ਚਾਂਸ ਦਿੱਤੇ ਜਾਓਗੇ ਤੇ ਇੱਕ ਲੌਂਗ ਜੰਪ ਹੋਏਗੀ 3 ਮੀਟਰਸ ਦੀ ਐਦੇ ਵਿੱਚ ਵੀ ਤੁਹਾਨੂੰ ਤਿੰਨ ਚਾਂਸ ਦਿੱਤੇ ਜਾਓਗੇ ਹੁਣ ਗੱਲ ਕਰਦੇ ਹਾਂ ਦੋਸਤੋ ਕੁਆਲਿਫਿਕੇਸ਼ਨ ਦੀ ਜਿਹੜੇ ਵੀ ਕੈਂਡੀਡੇਟਸ ਨੇ ਮਿਨੀਮਮ 12th ਪਾਸ ਕਰ ਰੱਖੀ ਹੈ ਉਹ ਸਾਰੇ ਦੇ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਕਨਸਟੇਬਲ ਲਈ ਦੋਸਤੋ ਮਿਨੀਮਮ 12th ਪਲਸ 12th ਪਾਸ ਕੁਆਲਿਫਿਕੇਸ਼ਨ ਮੰਗੀ ਹੈ ਤੇ ਸਬ ਇੰਸਪੈਕਟਰ ਲਈ ਮਿਨੀਮਮ ਕੁਆਲਿਫਿਕੇਸ਼ਨ ਮੰਗੀ ਹੈ ਗ੍ਰੈਜੂਏਸ਼ਨ ਜਿਹਨੇ ਵੀ ਗ੍ਰੈਜੂਏਟਸ ਕੈਂਡੀਡੇਟਸ ਆ ਉਹ ਸਾਰੇ ਸਬ ਇੰਸਪੈਕਟਰ ਲਈ ਅਪਲਾਈ ਕਰ ਸਕਦੇ ਆ ਤੇ ਮਿਨੀਮਮ ਕੁਆਲਿਫਿਕੇਸ਼ਨ ਫੋਰ ਕਨਸਟ ਇਸ ਤੋਂ ਇਲਾਵਾ ਦੋਸਤੋ ਜਿੰਨ ਵੀ ਕੈਂਡੀਡੇਟਸ ਕੋਲ ਹਾਇਰ ਕੁਆਲੀਫਿਕੇਸ਼ਨ ਹੈ ਉਹ ਸਾਰੇ ਦੇ ਸਾਰੇ ਕੈਂਡੀਡੇਟਸ ਵੀ ਅਪਲਾਈ ਕਰ ਸਕਦੇ ਆ ਆ ਦੋਸਤੋ ਤੁਸੀਂ ਨਿਊਜ਼ਪੇਪਰ ਦੀ ਕਟਿੰਗ ਦੇਖ ਸਕਦੇ ਹੋ ਪੰਜਾਬ ਪੁਲਿਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਿਵੇਂ ਆਏਗਾ ਤੁਹਾਨੂੰ ਮੈਂ ਚੈਨਲ ਤੇ ਅਪਲੋਡ ਕਰ ਦਾਂਗਾ ਦੁਬਾਰਾ ਨਿਊਜ਼ ਆ ਚੁੱਕੀ ਹੈ ਪੰਜਾਬ ਪੁਲਿਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਸਟ ਰਿਲੀਜ਼ ਹੋਣ ਵਾਲਾ ਹੈ ਤਾਂ ਜਿਵੇਂ ਹੀ ਨੋਟੀਫਿਕੇਸ਼ਨ ਆਏਗਾ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲੇ ਵੀਡੀਓ ਮਿਲ ਜਾਏਗੀ ਤੇ ਜਿਹੜੇ ਕੈਂਡੀਡੇਟਸ ਪਹਿਲੀ ਵਾਰ ਵਿਜ਼ਿਟ ਕਰ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਧੰਨਵਾਦ